विदेश च पंजाबी दा बेरहमी नाल कीता गया कतल। मनीला दे विच फाइनेंस दा काम करन वाले पंजाबी व्यक्ति दा गोलियां मार के कीता गया बेरहमी दे नाल कतल। कतल दी खबर सुनन तो बाद पत्नी हुई बेसुध ते धी प्यो नूं मार रही है उच्ची उच्ची आवाजां। इस वेले दी खबर तुहाडे नाल सांझी करन जा रहे हां कि मनीला दे विच एक फाइनेंस दा बेहद ही बेरहमी दे नाल कतल कर दिता गया। दस्सिया जा रहा है कि वह एक पंजाबी व्यक्ति सीगा जो कि प्यो पुत मनीला दे विच फाइनेंस का काम करते सीगे। इसे दौरान ही उसका पुत्र पंजाब आया हुआ सीगा इन्हीं दिनी, पर पिछों की हुंदा है कि उसके प्यो का किसी अणपछाते दे वल्लों गोलियां मार के कतल कर दिता जाता है। जदों कतल की पूरी गल जिहड़ी है घरदिया तक पहुँचती है तो उस तों बाद पत्नी बेसुध हो जाती है ते जो धी हुंदी है उच्ची उच्ची अपने प्यो नूं आवाज़ां मार रही हुंदी है कि प्यो ਨੂੰ ਆਵਾਜ਼ਾਂ ਮਾਰ ਰਹੀ ਹੁੰਦੀ ਹੈ ਤੇ ਧੀ ਦਾ ਹਾਲ ਜਿਹੜਾ ਆ ਉਹ ਦੇਖਿਆ ਨਹੀਂ ਜਾਂਦਾ। ਦੱਸਿਆ ਜਾ ਰਿਹਾ ਹੈ ਕਿ ਗੁਰਦੇਵ ਸਿੰਘ ਉਸ ਵਿਅਕਤੀ ਦਾ ਨਾਮ ਸੀਗਾ, 58 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਸੀਗੀ ਤੇ ਖੰਨਾ ਦੇ ਰਹਿਣ ਵਾਲਾ ਉਹ ਵਿਅਕਤੀ ਦੱਸਿਆ ਜਾ ਰਿਹਾ ਸੀਗਾ ਤਾਂ ਕਾਫੀ ਲੰਬੇ ਸਮੇਂ ਤੋਂ ਵਿਦੇਸ਼ੀ ਧਰਤੀ ਦੇ ਉੱਤੇ ਫਾਈਨਾਂਸ ਦਾ ਕੰਮ ਕਰ ਰਿਹਾ ਸੀਗਾ। ਇਸੇ ਦੌਰਾਨ ਹੀ ਪਿਓ ਪੁੱਤ ਦੋਵੇਂ ਮਨੀਲਾ ਦੇ ਵਿੱਚ ਫਾਈਨਾਂਸ ਦਾ ਕੰਮ ਕਰਦੇ ਸੀਗੇ। ਇਸੇ ਦੌਰਾਨ ਹੀ ਉਹਨਾਂ ਦਾ ਮੁੰਡਾ ਜਿਹੜਾ ਆ ਇਨੀ ਦਿਨੀ ਪੰਜਾਬ ਆਇਆ ਹੋਇਆ ਸੀਗਾ ਤੇ ਪਿੱਛੋਂ ਗੁਰਦੇਵ ਸਿੰਘ ਦਾ ਕਿਸੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਹੁਣ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਸਰਕਾਰ ਦੇ ਕਿ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਹੈ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਜਿਹੜਾ ਹੈ ਜ਼ਰੂਰ ਦਿੱਤਾ ਜਾਵੇ। ਤੇ ਨਾਲ ਦੇ ਨਾਲ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹੁਣ ਪੰਜਾਬੀ ਜਿਹੜੇ ਨੇ ਵਿਦੇਸ਼ੀ ਧਰਤੀ ਦੇ ਉੱਤੇ ਵੀ ਬਿਲਕੁਲ ਵੀ ਸੁਰੱਖਿਅਤ ਨਹੀਂ ਨੇ। ਜਿੱਥੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਵਾਪਰਦੀਆਂ ਹੋਈਆਂ ਨਜ਼ਰ ਆਉਂਦੀਆਂ ਰਹਿੰਦੀਆਂ ਨੇ ਤਾਂ ਉੱਥੇ ਹੀ ਹੁਣ ਮਨੀਲਾ ਦੇ ਵਿੱਚ ਵੀ ਇੱਕ ਫਾਈਨਾਂਸ ਦਾ ਕਤਲ ਕਰ ਦਿੱਤਾ ਗਿਆ, ਫਾਈਨਾਂਸਰ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ। ਘਰ ਦੇ ਹਾਲਾਤ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧੀ ਦਾ ਹਾਲ ਦੇਖਿਆ ਨਹੀਂ ਜਾਂਦਾ, ਪਤਨੀ ਬੇਸੁੱਧ ਹੋ ਚੁੱਕੀ ਹੈ ਜਿਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਧੀ ਜਿਹੜੀ ਆਪਣੇ ਪਿਓ ਨੂੰ ਆਵਾਜ਼ਾਂ ਮਾਰਦੀ ਮਾਰਦੀ ਜਿਹੜੀ ਰੋਂਦੀ ਕਰਲਾਉਂਦੀ ਹੋਈ ਬਿਲਕਦੀ ਹੋਈ ਬੇਸੁੱਧ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੌਜੂਦਾ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਸਦੇ ਦੋ ਬੱਚੇ ਨੇ ਅਤੇ 58 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਤੇ ਕਾਫੀ ਲੰਬੇ ਸਮੇਂ ਤੋਂ ਮਨੀਲਾ ਦੇ ਵਿੱਚ ਫਾਈਨਾਂਸ ਦਾ ਕੰਮ ਕਰ ਰਿਹਾ ਸੀਗਾ ਪਰ ਅਚਾਨਕ ਹੀ ਉਸਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ। ਮਾਮਲਾ ਜੀ ਬਹੁਤ ਮਾੜਾ ਹੋਇਆ, ਮੇਰੇ ਭਰਾ ਸੀਗੇ ਸਾਂਢੂ ਸਾਹਿਬ, ਮੇਰੇ ਖਿਆਲ 'ਚ ਇਹ 2 ਸਾਲ ਹੋ ਗਏ ਗਿਆ ਨੂੰ, ਇਹਨਾਂ ਨੂੰ ਬੇਟਾ ਪਹਿਲਾਂ ਗਿਆ ਸੀਗਾ, ਇਹ ਬਾਅਦ 'ਚ ਗਏ ਨੇ ਅਤੇ ਉੱਥੇ ਕਿਸੇ ਨੇ ਗੋਲੀ ਮਾਰਤੀ ਇਹਨਾਂ ਦੀ। ਇਹ ਵਾਕਾ ਅੱਜ 4 ਵਜੇ ਦਾ ਜੀ। ਹਾਂਜੀ ਉੱਥੇ 2 ਸਾਲਾਂ ਤੋਂ ਗਏ ਹੋਏ ਸੀਗੇ ਜੀ। ਗੋਲੀ ਜੀ ਪਤਾ ਨਹੀਂ, ਕੁਛ ਕਹਿ ਨਹੀਂ ਸਕਦੇ ਹੈਗੇ ਕਿਹਨਾਂ ਨੇ ਮਾਰੀ ਹੈ, ਹਜੇ ਕੁਛ ਪਤਾ ਨਹੀਂ ਲੱਗ ਰਿਹਾ ਹੈਗਾ। ਕੰਮ ਜੀ ਉੱਧਰ ਇੱਕੋ ਹੀ ਕੰਮ ਆ, ਬਸ ਫਾਈਨਾਂਸ ਦਾ ਹੀ ਕੰਮ ਹੈ ਉੱਧਰ, ਸਾਰੇ ਜਿਹੜੇ ਵੀ ਪੰਜਾਬੀ ਜਾਂਦੇ ਨੇ ਫਾਈਨਾਂਸ ਦਾ ਹੀ ਕੰਮ ਕਰਦੇ ਨੇ ਉੱਧਰ ਜਾ ਕੇ। ਇਹ ਫਿਲੀਪੀਨ ਮਨੀਲਾ 'ਚ ਨੇ, ਪਰਿਵਾਰ 'ਚ ਜੀ ਇੱਕ ਇਹਨਾਂ ਦਾ ਬੇਟਾ ਹੈ, 2 ਬੇਟੀਆਂ ਨੇ, ਪਤਨੀ ਆ, ਬਹੂ ਆ ਬਸ। ਬੋਡੀ ਸਰਕਾਰ ਮਦਦ ਕਰੇ, ਸਰਕਾਰ ਮਦਦ ਕਰੇ ਬੋਡੀ ਲਿਆਉਣ ਦੇ ਵਿੱਚ, ਬੋਡੀ ਇੱਥੇ ਆਵੇ। ਮਾੜੇ ਭਾਗਾਂ ਨੂੰ, ਲੋਕ ਮਾੜੇ ਕਰਮਾਂ ਨੂੰ ਜਾਂਦੇ ਨੇ ਜੀ ਇੱਥੋਂ ਬਾਹਰ ਦੇਸ਼, ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ, ਉੱਧਰ ਜਾਂ ਹਾਰਟ ਅਟੈਕ ਹੋ ਜਾਂਦਾ ਜਾਂ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ, ਇੱਧਰ ਨਾਲੋਂ ਵੀ ਜਾਂਦੇ ਰਹਿੰਦੇ ਨੇ ਜੀ। ਬੇਨਤੀ ਹੈ ਸਰਕਾਰ ਅੱਗੇ ਵੀ ਬੋਡੀ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ। ਦੇਖੋ ਇਸ ਇਲਾਕੇ ਦੇ ਕੌਂਸਲਰ ਪਤੀ ਹੁੰਦੇ ਨਾਲ ਜਦੋਂ ਮੈਨੂੰ ਪਤਾ ਲੱਗਿਆ ਸਾਡੇ ਮਹੱਲੇ ਦੇ ਵਿੱਚ ਸਾਹ ਗੁਰਦੇਵ ਸਿੰਘ ਜੀ ਜੋ ਕਿ ਬਾਹਰਲੇ ਮੁਲਕ ਫਿਲਪਾਇਨ ਮਨੀਲਾ ਵਿਖੇ ਗਏ ਨੇ ਕਾਰੋਬਾਰ ਦੇ ਸਿਲਸਿਲੇ 'ਚ, ਅਤੇ ਜਦੋਂ ਸਾਨੂੰ ਪਤਾ ਲੱਗਿਆ ਇੱਥੇ ਇਹਨਾਂ ਦੇ ਘਰ ਆਏ ਚੀਕ ਚਿਹਾੜਾ ਪਿਆ, ਤਾਂ ਪਤਾ ਲੱਗਿਆ ਉਹਨਾਂ ਦਾ ਉੱਥੇ ਗੋਲੀ ਮਾਰ ਕੇ ਕਹਿੰਦੇ ਕਤਲ ਕਰ ਦਿੱਤਾ ਗਿਆ। ਸੋ ਜਦੋਂ ਅਸੀਂ ਆ ਕੇ ਘਰ ਦੇਖਿਆ ਤਾਂ ਵਾਕਈ ਬੜੀ ਦਰਦਨਾਕ ਘਟਨਾ ਹੋਈ ਹੈ ਬਾਹਰਲੇ ਮੁਲਕ। ਸੋ ਬੇਨਤੀ ਕਰਦੇ ਹਾਂ ਸਰਕਾਰ ਨੂੰ ਅਤੇ ਵਿਦੇਸ਼ ਮੰਤਰਾਲਿਆਂ ਨੂੰ ਕਿ ਉਹਨਾਂ ਦੀ ਜੋ ਪਾਰਥਿਕ ਸਰੀਰ ਹੈ, ਡੈੱਡ ਬੋਡੀ ਹੈ, ਉਹਨੂੰ ਲਿਆਉਣ 'ਚ ਸਰਕਾਰ ਮਦਦ ਕਰੇ, ਕਿਉਂਕਿ ਆਖਰੀ ਖੁਆਇਸ਼ ਹੁੰਦੀ ਹੈ ਵੀ ਜਿਹੜੇ ਬੰਦੇ ਦੀ ਡੈੱਥ ਹੋ ਜਾਂਦੀ ਹੈ ਵੀ ਉਹਦੇ
पार्थिव शरीर के दर्शन परिवार वाले कर सकन, क्योंकि बहुत कहते मुश्किल सिलसिला होंगे। विदेश मंत्रालय की ये जरूरत भी है, उन्हां दी मंजूरियां लोड़ पैणगियां। सो मैं बेनती करांगा सरकार नूं, पंजाब सरकार नूं, ते नाल ही मैं बेनती करांगा सेंटर सरकार नूं भी जो फॉर्मैलिटी है जो भी इन्हां दी परिवार की मदद की जाए ताकि ये अपने परिवार के जो अंतिम दर्शन कर सकन। रोजी रोटी के सिलसिले से बाहर गए, कुछ पता इस बारे कोई? हाँ जी, कहिंदे कारोबार के सिलसिले से बाहर उत्थे गया, क्योंकि अजकल जिहड़ा कोई बाहर जांदा अगला देखो कारोबार सिलसिले च ही जांदे, जिन्ने भी आपां बाहर आपां पंजाब छड़ के जो दौड़ लगी है, होड़ लगी है पंजाब नूं छड़ के जाण दी, वह सानूं सारे नूं पता भी उम्र पता है कुछ कि उम्र मेरे, क्योंकि देखो बहुत साढ़े बहुत सत्कार जो साहब गुरदेव सिंह मैं बचपन तो ही जानता, तो महल्ले पुराने वसनीक ने नंसी हैं उन्हें, पिछले 25-30 सालों तो इतने रेंदे ने, तो मेरे ख्याल उम्र भी उन्होंने 50-55 के गेट 55 साल की उम्र उन्होंने उम्र हैगी। जे तुसी भी चाहुंदे हो आस्ट्रेलिया जां न्यूजीलैंड दे विच ब्याह तां इक्को इक राह, एनआरआई मैरिज ब्यूरो। एनआरआई मैरिज ब्यूरो, फाइंड योर परफेक्ट ह्यूमन।